ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਚਾਨਕ 21 ਅਗਸਤ ਤੱਕ ਲਈ ਸਖਤ ਲੋਕਡਾਊਨ ਦਾ ਹੋ ਗਿਆ ਇੱਥੇ ਐਲਾਨ ਤਾਜ਼ਾ ਵੱਡੀ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ कोरोना ਦੇ ਕਾਰਨ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਜਿੱਥੇ ਮੁੜ ਕੋਰੋਨਾ ਕੇਸਾਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੁਣ ਅਚਾਨਕ 21 ਅਗਸਤ ਤੱਕ ਲਈ ਤਾਲਾਬੰਦੀ ਦਾ ਸਖਤ ਐਲਾਨ ਕਰ ਦਿੱਤਾ ਗਿਆ ਜਿਸ ਬਾਰੇ ਹੁਣ ਇੱਕ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਈਰਾਨ ਦੇਸ਼ਾਂ ਵਿੱਚ ਫਿਰ ਤੋਂ ਕੋਰੋਨਾ ਕੇਸਾਂ ਦੇ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਜਿੱਥੇ ਦੇਸ਼ ਦੇ ਵਿੱਚ ਸਾਰੇ ਕਾਰੋਬਾਰਾਂ ਤੇ ਦਫ਼ਤਰ ਹੁਣ ਸੋਮਵਾਰ ਤੋਂ 21 ਅਗਸਤ ਤੱਕ ਬੰਦ ਰੱਖਣ ਦਾ ਦੇਸ਼ ਜਾਰੀ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਇੱਕ ਹਫ਼ਤੇ ਦੀ ਤਾਲਾਬੰਦੀ ਕੀਤੇ ਜਾਣ ਦਾadesh ਸਰਕਾਰ ਵੱਲੋਂ ਲਾਗੂ ਕੀਤਾ ਗਿਆ ਜਿਸ ਦਿਨ ਵਿੱਚ ਇੱਕ ਹਫਤੇ ਵਿੱਚ ਸਭ ਕੁਝ ਬੰਦ ਰੱਖਿਆ ਜਾਵੇਗਾ ਉੱਥੇ ਹੀ ਸੜਕੀ ਆਵਾਜਾਈ ਉੱਤੇ ਪਾਬੰਦੀ ਨੂੰ ਛੱਡ ਕੇ ਬਾਕੀ ਸਭ ਕੁਝ ਉੱਪਰ ਪੂਰਨ ਰੂਪ ਵਿੱਚ ਪਾਬੰਦੀ ਲਾ ਦਿੱਤੀ ਗਈ ਹੈ ਸਾਰੇ ਗੈਰ ਜ਼ਰੂਰੀ ਕਾਰੋਬਾਰ ਵੀ ਦਫ਼ਤਰ ਵੀ 21 ਅਗਸਤ ਤੱਕ ਬੰਦ ਰਹਿਣਗੇ ਉੱਥੇ ਹੀ ਕਰੋਨਾ ਦੇ ਵਧੇ ਕੇਸਾਂ ਨੂੰ ਘਟ ਕਰਨ ਦੇ ਲਈ ਇੱਕ ਹਫਤੇ ਦੀ ਸਖਤ ਤਾਲਾਬੰਦੀ ਦਾadesh ਸਰਕਾਰ ਵੱਲੋਂ ਦਿੱਤਾ ਗਿਆ ਹੈ 27 ਅਗਸਤ ਨੂੰ ਹਰ ਇੱਕ ਆਵਾਜਾਈ ਤੇ ਪਾਬੰਦੀ ਲਾਗੂ ਕੀਤੀ ਗਈ ਹੈ ਕਿਉਂਕਿ ਇਸ ਸਮੇਂ ਕਰੋਨਾ ਦੇ ਕੇਸ ਵਧਣ ਕਾਰਨ ਈਰਾਨ ਦੇ ਵਿੱਚ ਕਰੋਨਾ ਦੀ ਪੰਜਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਸੋ ਬਿਗ ਬ੍ਰੇਕਿੰਗ ਨਿਊਜ਼ ਹੈ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਸਭ ਤੋਂ ਪ੍ਰਭਾਵਿਤ ਹੋਇਆ ਜਿਸ ਨੂੰ ਮੁੜ ਜਿੱਥੇ ਕਰੋਨਾ ਕੇਸਾਂ ਦਾ ਵਾਧਾ ਦੇਖਿਆ ਜਾ ਰਿਹਾ ਹੁਣ 21 ਅਗਸਤ ਤੱਕ ਇਸ ਦੇਸ਼ ਨੇ ਤਾਸਖਤ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ ਸੋ ਈਰਾਨ ਦੇਸ਼ ਦੇ ਵਿੱਚ ਕਰੋਨਾ ਕੇਸਾਂ ਦਾ ਲਗਾਤਾਰ ਭਾਰੀ ਵਾਧਾ ਜਿੱਥੇ ਹੁਣ ਤਾਲਾ